ਇਸ ਵਕਤ ਅਸੀਂ ਅੰਮ੍ਰਿਤਸਰ ਦੇ ਸ਼ਹਿਜ਼ਾਦਾ ਨੰਦ ਕਾਲਜ ਦੇ ਵਿੱਚ ਮੌਜੂਦ ਹਾਂ। ਤਸਵੀਰਾਂ 'ਚ ਦੇਖ ਸਕਦੇ ਹੋ, ਲੋਕ ਸਵੇਰੇ ਸਵੇਰੇ ਹੀ ਵੋਟ ਆਪਣੀ ਕਾਸਟ ਕਰਨ ਦੇ ਲਈ ਪਹੁੰਚ ਰਹੇ ਨੇ। ਸਵੇਰੇ ਅਤਰੀ ਗਰਮੀ ਦਾ ਗਰਮੀ ਹੋਣ ਦੇ ਬਾਵਜੂਦ ਲੋਕਾਂ ਦਾ ਮੰਨਣਾ ਹੈ ਕਿ ਸਵੇਰੇ ਹੀ ਸਵੇਰ ਦੇ ਸਮੇਂ ਹੀ ਜਿਹੜੀ ਹੈ ਉਹ ਪੋਲਿੰਗ ਕਰ ਦਿੱਤੀ ਜਾਵੇ, ਕਿਉਂਕਿ ਬਾਅਦ ਦੇ ਵਿੱਚ ਕਾਫ਼ੀ ਜਿਹੜਾ ਟੈਂਪਰੇਚਰ ਹੈ 46-47 ਡਿਗਰੀ ਤੱਕ ਜਿਹੜਾ ਹੈ ਉਹ ਪਹੁੰਚ ਰਿਹਾ ਹੈ, ਪਹੁੰਚ ਸਕਦਾ ਹੈ। ਅਤੇ ਇਸ ਨੂੰ ਲੈ ਕੇ ਹੀ ਜਿਹੜੇ ਚੋਣ ਕਮਿਸ਼ਨ ਵੱਲੋਂ ਬਕਾਇਦਾ ਗਰਮੀ ਨੂੰ ਧਿਆਨ 'ਚ ਰੱਖਦੇ ਹੋਏ ਛਬੀਲ ਦੀ ਵਿਵਸਥਾ ਜਿਹੜੀ ਹੈ ਉਹ ਕੀਤੀ ਹੋਈ ਹੈ। ਅਤੇ ਇਹ ਤਸਵੀਰਾਂ ਸਿੱਧੀਆਂ ਅੰਮ੍ਰਿਤਸਰ ਦੀਆਂ ਨੇ, ਜਿੱਥੇ ਲੋਕ ਆਪਣੀ ਵੋਟ ਕਾਸਟ ਕਰਕੇ ਜਿਹੜੇ ਨੇ ਵੋਟ ਕਾਸਟ ਕਰਕੇ ਆ ਰਹੇ ਨੇ, ਦੇਖ ਸਕਦੇ ਹੋ ਤੁਸੀਂ ਇੱਥੇ ਵੀ ਜਿਹੜੇ ਲੋਕ ਨੇ। ਤਾਂ ਸਰ ਕੀ ਨਾਮ ਹੈ ਤੁਹਾਡਾ? ਵਿਜੇ ਬੱਸੇ। ਵਿਜੇ ਬੱਸੇ ਜੀ, ਵੋਟ ਕਰ ਰਹੇ ਕਾ? ਹਾਂਜੀ, ਕਰ ਰਹੇ ਜੀ। ਕੀ ਕਹਿਣਾ ਚਾਹੁੰਦੇ, ਕੀ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਵੋਟ ਹਰ ਇੱਕ ਨੂੰ ਪਾਉਣੀ ਚਾਹੀਦੀ ਹੈ ਔਰ ਜ਼ਰੂਰ ਪਾਉਣੀ ਚਾਹੀਦੀ ਹੈ, ਚਾਹੇ ਕਿਸੇ ਪਾਰਟੀ ਨੂੰ ਪਾਏ। ਥੈਂਕ ਯੂ ਜੀ। ਤਾਂ ਵੋਟ ਜ਼ਰੂਰ ਕਾਸਟ ਕਰਨੀ ਚਾਹੀਦੀ ਹੈ। ਵਿਜੇ ਬੱਸੀ ਜੀ ਇੱਥੇ ਜਿਹੜੇ ਸੀ ਉਹ ਵੋਟ ਪਾਉਣ ਦੇ ਲਈ ਪਹੁੰਚੇ ਸੀ, ਤਾਂ ਇਸ ਜਗ੍ਹਾ ਦੇ ਉੱਤੇ ਹੋਰ ਵੀ ਲੋਕ ਜਿਹੜੇ ਨੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਵੋਟ ਕਾਸਟ ਕਰਨ ਕੇ ਜਿਹੜੇ ਨੇ ਪਹੁੰਚੇ ਨੇ, ਆਪਣੀ ਵੋਟ ਕਾਸਟ ਕੀਤੀ ਹੈ। ਫਿੰਗਰ ਤੁਸੀਂ ਦੇਖ ਸਕਦੇ ਹੋ, ਤਾਂ ਪਰਿਵਾਰ ਦੇ ਨਾਲ ਸਵੇਰੇ ਸਵੇਰੇ। ਸਰ ਕੀ ਨਾਮ ਹੈ ਜੀ ਤੁਹਾਡਾ? ਰਿਸ਼ਭ। ਰਿਸ਼ਭ ਜੀ, ਕੀ ਕੀ ਕਹਿਣਾ ਚਾਹੁੰਦੇ ਜੀ, ਕੀ ਸੋਚ ਕੇ ਜਿਹੜੀ ਹੈ ਵੋਟ ਕਾਸਟ, ਐਜ਼ ਏ ਯੂਥ, ਐਜ਼ ਏ ਪੜ੍ਹੇ ਲਿਖੇ ਨੌਜਵਾਨ, ਕੀ ਸੋਚ ਕੇ ਵੋਟ ਜਿਹੜੀ ਕਾਸਟ ਕਰਨੀ ਚਾਹੀਦੀ ਹੈ? ਆਪਣੇ ਫਿਊਚਰ ਨੂੰ ਦੇਖ ਕੇ, ਕਿ ਕੌਣ ਸਾਡੇ ਏਰੀਆ 'ਚ ਜ਼ਿਆਦਾ ਡਿਵੈਲਪਮੈਂਟ ਲਿਆ ਸਕਦਾ ਹੈ, ਮੈਨੂੰ ਦੇਖਦਾ ਉਹਨੂੰ ਦੇਖਦੇ ਹੋਏ ਸਾਨੂੰ ਕਰਨਾ ਚਾਹੀਦਾ। ਅੰਮ੍ਰਿਤਸਰ ਦੀ ਚੋਣ ਪ੍ਰਚਾਰ ਤੁਸੀਂ ਦੇਖਿਆ ਹੈ ਨਾ, 2-2.5 ਮਹੀਨੇ ਚੱਲਿਆ, ਕਿਹੜੇ ਤੁਹਾਨੂੰ ਲੱਗਦਾ ਕਿ ਮੁੱਦਿਆਂ ਦੇ ਉੱਤੇ ਪੋਲੀਟੀਸ਼ੀਅਨਾਂ ਨੇ ਵਰਕ ਕੀਤਾ, ਕਿਸ ਦੇ ਉੱਤੇ ਗੱਲ ਜ਼ਿਆਦਾ ਕੀਤੀ ਔਰ ਕਰਨੀ ਚਾਹੀਦੀ ਸੀ? ਗੱਲ ਤਾਂ ਕਰਨੀ ਚਾਹੀਦੀ ਸੀ ਸਾਡੇ ਹੈਲਥ ਨੂੰ ਲੈ ਕੇ, ਕਿ ਹੈਲਥ ਕਿਵੇਂ ਬੈਟਰ ਕਰਨਗੇ, ਸਾਡੇ ਸਕੂਲ ਸਿਸਟਮ, ਐਜੂਕੇਸ਼ਨ ਕਿਵੇਂ ਕਰਨਾ ਚਾਹੀਦਾ, ਐਨਵਾਇਰਮੈਂਟ ਲਈ ਕਿਵੇਂ ਕਰਨਾ ਚਾਹੀਦਾ, ਪਰ ਇੰਨੀਆਂ ਗੱਲਾਂ ਹੋਈਆਂ ਨਹੀਂ, ਪਰ ਫਿਰ ਵੀ ਅਸੀਂ ਅੰਨਿਆਂ 'ਚੋਂ ਕੁਝ ਕਰਨਾ ਚਾਹੁੰਦਾਂਗੇ। ਪੋਲੀਟੀਸ਼ੀਅਨ ਦੇ ਵਿੱਚ ਉੱਤੇ ਵਿਸ਼ਵਾਸ ਕਿੰਨਾ ਕੁ ਹੁਣ ਰਹਿ ਗਿਆ, ਮਨ ਕਿੰਨਾ ਕੁ ਤੁਸੀਂ ਸੋਚਦੇ ਕਿ ਇੰਨਾ ਕੁ ਠੀਕ ਹੈ ਵਿਸ਼ਵਾਸ ਜਿਹੜਾ ਰਹਿ ਗਿਆ? ਅੱਗੇ ਨਾਲੋਂ ਥੋੜ੍ਹਾ ਵਧਿਆ, ਪਹਿਲਾਂ ਜ਼ਿਆਦਾ ਨਹੀਂ ਸੀਗਾ, ਪਰ ਫਿਰ ਵੀ ਕੁਛ ਲੋਕ ਚੰਗੇ ਆ ਰਹੇ ਨੇ ਔਰ ਥੋੜ੍ਹਾ ਅੱਗੇ ਨਾਲੋਂ ਵਧਿਆ। ਥੈਂਕ ਯੂ ਸਰ, ਥੈਂਕ ਯੂ। ਮੈਮ ਕੀ ਨਾਮ ਹੈ ਤੁਹਾਡਾ? ਜੋਤੀ ਸਰਨਾ। ਹਾਂਜੀ, ਕੀ ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਸੋਚ ਕੇ ਬੱਚਿਆਂ ਦੇ ਫਿਊਚਰ ਨੂੰ ਸੋਚ ਕੇ, ਆਪਣੇ ਫਿਊਚਰ ਨੂੰ ਸੋਚ ਕੇ, ਕੀ ਸੋਚ ਕੇ ਵੋਟ ਕਾਸਟ ਕੀਤੀ? ਹਾਂਜੀ, ਸਭ ਤੋਂ ਇੰਪੋਰਟੈਂਟ ਮੁੱਦੇ ਇਹੀ ਹੈ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਹੈਲਥ ਔਰ ਐਜੂਕੇਸ਼ਨ ਔਰ ਅੱਛੀ ਥਿੰਕਿੰਗ, ਅੱਛੀ ਵਿਚਾਰਧਾਰਾ ਰਹੀ ਸੋਸਾਇਟੀ ਵਿੱਚ, ਇਹੀ ਸੋਚ ਕੇ। ਥੈਂਕ ਯੂ, ਥੈਂਕ ਯੂ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੋਟ ਜਿਹੜੇ ਨੇ ਹਰ ਵਰਗ ਦੇ ਲੋਕ ਵੋਟ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪੁਰਸ਼ੋਤਮ ਮਹਿਰਾ ਜੀ। ਪੁਰਸ਼ੋਤਮ ਜੀ, ਕਿੰਨਵੀਂ ਵਾਰੀ ਵੋਟ ਕਾਸਟ ਕੀਤੀ ਅੱਜ? ਤੁਸੀਂ ਤਾਂ ਕਾਫੀ ਪਹਿਲਾਂ ਵੀ ਕੀਤੀ ਹੋਣੀ ਵੋਟ ਕਾਸਟ। ਹਾਂਜੀ, ਮੇਰਾ ਖਿਆਲ ਅਸੀਂ 10-12 ਵਾਰੀ 15 ਵਾਰੀ ਕੀਤੀ ਹੋਣੀ ਜੀ। ਪੁਰਸ਼ੋਤਮ ਜੀ, ਸਮੇਂ ਦੇ ਨਾਲ ਮੁੱਦੇ ਚੇਂਜ ਹੁੰਦੇ ਰਹੇ, ਕਿਹੜੇ ਮੁੱਦੇ ਜਿਹੜੇ ਨੇ ਹਰ ਵੋਟ ਦੇ, ਇਸ ਵਾਰ ਕਿਹੜੇ ਮੁੱਦਿਆਂ ਦੇ ਉੱਤੇ ਜਿਹੜੇ ਭਾਰੀ ਸੀਗੇ? ਮੁਲਕ ਦਾ ਹੀ ਵੇਖਣਾ ਪਏਗਾ ਜੀ, ਮੁਲਕ ਦਾ ਕੀ ਹਿਸਾਬ ਕਿਤਾਬ ਆ, ਉਹ ਹਿਸਾਬ ਨਹੀਂ ਚੱਲਣਾ ਪਏਗਾ। ਤਾਂ ਬਿਲਕੁਲ, ਕਿਸ ਜਗ੍ਹਾ ਦੇ ਉੱਤੇ, ਕਈ ਥਾਵਾਂ ਦੇ ਉੱਤੇ ਦੇਸ਼ ਦੇ ਮੁੱਦੇ ਨੇ ਅਤੇ ਕਈ ਥਾਵਾਂ ਦੇ ਉੱਤੇ ਜਿਹੜੇ ਨੇ ਹੈਲਥ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਜਿਹੜੇ ਵੋਟ ਕਾਸਟ ਕਰਨ ਦੇ ਲਈ ਲੋਕ ਪਹੁੰਚੇ ਨੇ। ਇਸ ਪਾਸੇ ਅਸੀਂ ਹੋਰ ਦਿਖਾ ਦਿੰਦੇ ਹਾਂ ਕਿ ਪੋਲਿੰਗ ਬੂਥ ਜਿਹੜੇ ਨੇ ਇਹਨਾਂ ਦੀ ਸਜਾਵਟ ਕਿਸ ਤਰ੍ਹਾਂ ਕੀਤੀ ਗਈ ਹੈ। ਇੱਕ ਸਜਾਇਆ ਗਿਆ ਹੈ ਇਹਨਾਂ ਨੂੰ, ਇੱਕ ਜਿਵੇਂ ਕੋਈ ਤਿਉਹਾਰ ਮਨਾਇਆ ਜਾਂਦਾ ਹੈ, ਸੈਲੀਬ੍ਰੇਸ਼ਨ ਜਿਹੜੀ ਹੈ ਕੀਤੀ ਜਾਂਦੀ ਹੈ। ਤਾਂ ਇਸ ਜਗ੍ਹਾ ਦੇ ਉੱਤੇ ਹੋਰ ਵੀ ਜਿਹੜੇ ਵੋਟਰ ਨੇ ਸਾਰੇ ਵੋਟ ਕਾਸਟ ਕਰਕੇ ਆਪਣੇ ਆ ਰਹੇ ਨੇ। ਤਾਂ ਵੋਟਿੰਗ ਕੇਂਦਰਾਂ ਦੇ ਵਿੱਚ ਅੰਮ੍ਰਿਤਸਰ ਦੇ ਪੌਸ਼ ਏਰੀਏ ਦੇ ਵਿੱਚ ਵੋਟਿੰਗ ਜਿਹੜੀ ਹੈ ਗ੍ਰੀਨ ਐਵਨਿਊ ਚੱਲ ਰਹੀ ਹੈ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਤਾਂ
ਇਸ ਜਗ੍ਹਾ ਦੇ ਉੱਤੇ ਤਮਾਮ ਜਿਹੜੇ ਲੋਕ ਨੇ ਉਹ ਆਪਣੀ ਆਪਣੀ ਵੋਟ ਜਿਹੜੀ ਹੈ ਉਹ ਕਾਸਟ ਕਰਨ ਦੇ ਲਈ ਜਾਂਦੇ ਹੋਏ ਤਾਂ ਸੁਬਹਾ ਦੇ ਸਮੇਂ ਦਾ ਤਕਰੀਬਨ ਵੋਟਿੰਗ ਸ਼ੁਰੂ ਹੋਇਆ, ਅੱਧੇ ਘੰਟੇ ਦਾ ਸਮਾਂ ਜਿਹੜਾ ਬੀਤ ਚੁੱਕਾ ਹੈ ਅਤੇ ਇਸ ਨੂੰ ਲੈ ਕੇ ਜਿਹੜੇ ਲੋਕ ਨੇ ਉਹ ਆਪਣੀ ਵੋਟ ਜਿਹੜੀ ਹੈ ਉਹ ਕਾਸਟ ਕਰਨ ਦੇ ਲਈ ਪਹੁੰਚ ਰਹੇ ਨੇ। ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਯੂਥ ਇਸੇ ਹੀ ਬੂਥ ਦੇ ਉੱਤੇ ਤਰਨਜੀਤ ਸਿੰਘ ਸੰਧੂ ਆਪਣੀ ਵੋਟ ਜਿਹੜੀ ਹੈ ਉਹ ਕਾਸਟ ਕਰਕੇ ਇੱਥੋਂ ਗਏ ਨੇ ਅਤੇ ਤਮਾਮ ਜਿਹੜੇ ਇਸ ਜਗ੍ਹਾ ਦੇ ਉੱਤੇ ਲੋਕ ਨੇ ਉਹ ਇੱਥੇ ਵੋਟ ਕਾਸਟ ਕਰਨ ਦੇ ਲਈ ਪਹੁੰਚ ਰਹੇ ਨੇ। ਵੱਖ ਵੱਖ ਪੋਲਿੰਗ ਕੇਂਦਰਾਂ ਦਾ ਨਿਰੀਖਣ ਜਿਹੜਾ ਲੋਕ ਜਿਹੜੇ ਕੈਂਡੀਡੇਟ ਨੇ ਉਹ ਵੀ ਕਰ ਰਹੇ ਨੇ। ਪੁਲਿਸ ਦੀਆਂ ਟੀਮਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਵੱਲੋਂ ਵੀ ਪੈਟਰੋਲਿੰਗ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਜਿਹੜੇ ਡਿਪਟੀ ਕਮਿਸ਼ਨਰ ਨੇ, ਜ਼ਿਲ੍ਹੇ ਦੇ ਮੈਜਿਸਟਰੇਟ ਨੇ, ਮੁੱਖ ਚੋਣ ਅਧਿਕਾਰੀ ਅਤੇ ਜਿਹੜੇ ਮੈਜਿਸਟਰੇਟ ਨੇ ਉਹਨਾਂ ਵੱਲੋਂ ਵੀ ਪੋਲਿੰਗ ਜਿਹੜੀ ਆ, ਵੋਟਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ। ਸਿੱਧੀਆਂ ਤਸਵੀਰਾਂ ਤਾਂ ਪੁਲਿਸ ਦੇ ਤਮਾਮ ਅਧਿਕਾਰੀ ਜਿਹੜੇ ਨੇ ਇਸ ਪਾਸੇ ਪਹੁੰਚ ਰਹੇ ਨੇ, ਜਿਹੜੀ ਇਸ ਜਗ੍ਹਾ ਦੇ ਉੱਤੇ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਪੁਖਤਾ ਰਹਿਣ ਤਾਂ ਉਸ ਨੂੰ ਲੈ ਕੇ ਹਰਪਾਲ ਸਿੰਘ ਜੀ ADCP ਤਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਜਿਹੜਾ ਲੈ ਰਹੇ ਨੇ ਔਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ। ਸੁਬਹਾ ਤੋਂ ਹੀ ਜਿਹੜੀ ਸੁਰੱਖਿਆ ਦੇ ਇੰਤਜ਼ਾਮ ਪੁਲਿਸ ਨੇ ਪੁਖਤਾ ਕੀਤੇ ਸੀ ਅਤੇ ਆਪਣੇ ਅਧਿਕਾਰੀਆਂ ਦੇ ਨਾਲ ਜਿਹੜੀ ਗੱਲਬਾਤ, ਜਿਵੇਂ ਅਸੀਂ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਇਸੇ ਤਰ੍ਹਾਂ ਹੀ ਪੂਰੇ ਸ਼ਹਿਰ ਦੇ ਵਿੱਚ ਨਿਗਰਾਨੀ ਜਿਹੜੀ ਹੈ ਕਰ ਰਹੀਆਂ ਨੇ, ਕਿਉਂਕਿ ਇਸ ਪ੍ਰੈਮਿਸਿਸ ਦੀ ਜਿਹੜੀ ਸੁਰੱਖਿਆ ਕਰਨੀ ਹੈ ਪੁਲਿਸ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ। ਹਾਲਾਂਕਿ ਪੀਸਫੁੱਲ ਏਰੀਆ, ਇੱਥੇ ਪੀਸਫੁੱਲ ਢੰਗ ਦੇ ਨਾਲ ਪੋਲਿੰਗ ਜਿਹੜੀ ਹੈ ਉਹ ਹੋ ਰਹੀ ਹੈ ਔਰ ਹੁੰਦੀ ਰਹੀ ਹੈ, ਔਰ ਕਿਉਂਕਿ ਪੁਲਿਸ ਵੱਲੋਂ ਪਿਛਲੇ ਸਮੇਂ ਦੇ ਵੀ ਜਿਹੜੇ ਰਿਕਾਰਡ ਨੇ ਉਹ ਵੀ ਧਿਆਨ ਦੇ ਵਿੱਚ ਜਿਹੜੇ ਨੇ ਰੱਖੇ ਜਾਂਦੇ ਨੇ। ਤਾਂ ਹਰਪਾਲ ਸਿੰਘ ਸਰ ਨਾਲ ਵੀ ਗੱਲ ਕਰ ਲੈਂਦੇ ਹਾਂ ਤਾਂ ਸਰ ਦੇ ਕੋਲੋਂ ਕਿ ਸਰ ਸਰ ਕਿਵੇਂ ਦੀ ਸਰ ਪੋਲਿੰਗ ਹਰਪਾਲ ਸਿੰਘ ਜੀ ਚੱਲਦੀ ਰਹੀ ਚੱਲ ਰਹੀ ਹੈ ਔਰ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਸ਼ੁਰੂ ਦੇ ਵਿੱਚ ਤਾਂ ਬਹੁਤ ਲੋਕਾਂ 'ਚ ਉਤਸ਼ਾਹ ਵਾ, ਇਹ ਪੌਸ਼ ਏਰੀਆ ਵਾ, ਇੱਥੇ ਪੌਸ਼ ਏਰੀਆ ਦੇ ਵਿੱਚ ਵੀ ਦੇਖੋ ਕਿਸ ਤਰ੍ਹਾਂ ਲੋਕ ਧੜਾ ਧੜ 7 ਵਜੇ ਆਉਣੇ ਸ਼ੁਰੂ ਹੋ ਗਏ ਨੇ, ਮਤਲਬ ਗਰਮੀ ਕਰਕੇ ਲੋਕ ਸੁਬਹਾ ਦੇ ਜਿਹੜੇ ਆ ਮੌਸਮ ਦਾ ਜਿਹੜਾ ਉਹ ਫਾਇਦਾ ਉਠਾ ਰਹੇ ਨੇ। ਪੁਲਿਸ ਦੇ ਮੁਲਾਜ਼ਮ ਜਿਹੜੇ ਇੱਥੇ ਡਿਊਟੀ ਦੇ ਲੱਗੇ ਨੇ ਇਹਨਾਂ ਦੇ ਲਈ ਵਿਵਸਥਾ, ਬਾਬਾ ਜੀ ਇਹਨਾਂ ਦੀ ਵਿਵਸਥਾ ਕਿਵੇਂ ਦੀ ਕੀਤੀ ਗਈ ਹੈ? ਔਰ ਦੇਖੋ ਜੀ, ਇੱਥੇ ਜਿਹੜੇ ਸਾਡੇ ਕਰਮਚਾਰੀ ਆ ਨਾ, ਵੇਖੋ ਇਸ ਵਾਰ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਅੱਛਾ ਪ੍ਰਬੰਧ ਕੀਤਾ ਗਿਆ ਜੀ। ਉਹਨਾਂ ਨੂੰ ਪੀਣ ਵਾਸਤੇ ਪਾਣੀ ਦਾ, ਨਿੰਬੂ ਪਾਣੀ, ਹਰ ਚੀਜ਼, ਲੱਸੀ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਔਰ ਇਹਨਾਂ ਦਾ ਮਿਡ ਡੇ ਮੀਲ ਵੱਲੋਂ ਇਹਨਾਂ ਦਾ ਖਾਣਾ ਤਿਆਰ ਕੀਤਾ ਗਿਆ। ਰਾਤ ਵੀ ਬੜਾ ਅੱਛਾ ਖਾਣਾ ਖਿਲਾਇਆ ਗਿਆ ਸੀ, ਅਸੀਂ ਵੀ ਇੱਕ ਪੋਲਿੰਗ ਲੋਕੇਸ਼ਨ 'ਤੇ ਖਾਧਾ ਸੀ। ਮਤਲਬ ਬਹੁਤ ਅੱਛਾ ਪ੍ਰਬੰਧ ਆ ਔਰ ਲੋਕ ਵੀ ਜਿਹੜੇ ਬੜੇ ਉਤਸ਼ਾਹ ਨਾਲ ਵੋਟਾਂ ਪਾ ਰਹੇ ਨੇ ਅਤੇ ਇਹ ਜਿਹੜਾ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਆ, ਇੱਥੋਂ ਦੇ ਲੋਕ ਜਿਹੜੇ ਮਿਲ ਵਰਤ ਕੇ ਰਹਿਣ ਵਾਲੇ ਆ, ਬੜਾ ਸਾਂਝ ਦਾ ਜਿਹੜਾ ਇੱਥੇ ਜਿਹੜਾ ਉਹ ਮੁਚਸਮਾ ਵਾ ਚੱਲਦਾ ਇੱਥੇ, ਮਹਾਰਾਜ ਕਿਰਪਾ ਕਰੇਗਾ, ਪੀਸਫੁੱਲ ਇਲੈਕਸ਼ਨ ਹੋਏਗੀ। ਦੇਖੋ ਬਾਕੀ ਹਰੇਕ ਕੈਂਡੀਡੇਟ ਆਪਣੀ ਜਿਹੜੀ ਜਿੱਤ ਦਾ ਦਾਅਵਾ ਕਰਦਾ, ਜਿੱਤ ਪਰਮਾਤਮਾ ਦੇ ਹੱਥ। ਥੈਂਕ ਯੂ ਸਰ, ਥੈਂਕ ਯੂ। ਤਾਂ ਪੁਲਿਸ ਦੇ ਉੱਚ ਅਧਿਕਾਰੀ ਇਸ ਜਗ੍ਹਾ ਦੇ ਉੱਤੇ ਜਿਹੜੇ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਨੇ। ਕੁੰਵਰ ਵਿਜੇ ਪ੍ਰਤਾਪ ਵੋਟ ਕਾਸਟ ਕਰਨ ਦੇ ਲਈ ਇੱਥੇ ਪਹੁੰਚੇ ਨੇ, ਅੰਮ੍ਰਿਤਸਰ ਤੋਂ ਵਿਧਾਇਕ ਨੇ, ਨੌਰਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ, ਅਤੇ ਉਸ ਤੋਂ ਪਹਿਲਾਂ ਸਾਬਕਾ ਜਿਹੜੇ IPS ਅਧਿਕਾਰੀ ਨੇ ਕੁੰਵਰ ਵਿਜੇ ਪ੍ਰਤਾਪ, ਉਹਨਾਂ ਦੇ ਉਹ ਆਪਣੀ ਇਸ ਹਲਕੇ ਦੇ ਵਿੱਚ ਵੋਟ ਕਾਸਟ ਕਰਨ ਦੇ ਲਈ ਪਹੁੰਚੇ ਨੇ। ਤਰਨਜੀਤ ਸਿੰਘ ਸੰਧੂ ਇੱਥੇ ਸਵੇਰੇ ਪਹੁੰਚੇ ਸੀ, ਉਹਨਾਂ ਨੇ ਜਿਹੜੀ ਹੈ ਆਪਣੀ ਵੋਟ ਇਸ ਜਗ੍ਹਾ ਦੇ ਉੱਤੇ ਕਾਸਟ ਕੀਤੀ ਹੈ। ਤਾਂ ਤਮਾਮ ਪੁਲਿਸ ਦੇ ਉੱਚ ਅਧਿਕਾਰੀਗਣ ਸਵੇਰੇ ਤੋਂ ਹੀ ਜਿਹੜੀ ਪੋਲਿੰਗ ਹੈ ਉਹ ਸ਼ੁਰੂ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਹੁਣ ਉੱਚ ਅਧਿਕਾਰੀ ਜਿਹੜੇ ਨੇ ਉਹ ਇੱਥੇ ਨਿਰੀਖਣ ਕਰ ਰਹੇ ਨੇ। ਅੰਮ੍ਰਿਤਸਰ ਦੇ ਵੱਖ ਵੱਖ ਪੋਲਿੰਗ ਬੂਥਾਂ ਦੇ ਉੱਤੇ ਕਿਹੋ ਜਿਹੀ ਪੋਲਿੰਗ ਚੱਲ ਰਹੀ ਹੈ, ਕਿਹੋ ਜਿਹੀ ਪੋਲਿੰਗ ਜਿਹੜੀ ਹੈ ਚੱਲ ਰਹੀ ਹੈ, ਇਸ ਦੇ ਉੱਤੇ ਲਗਾਤਾਰ ਸਾਡੀ ਨਜ਼ਰ ਜਿਹੜੀ ਹੈ ਬਣੀ ਰਹੇਗੀ। ਤਮਾਮ ਜੋ ਅੰਮ੍ਰਿਤਸਰ ਦੀ ਰਿਪੋਰਟ ਹੈ ਅਸੀਂ ਪਲ ਪਲ ਦੀ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਰਹਾਂਗੇ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸੂਰਿਆ TV, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook।
इंस्टाग्राम एक्स और व्हाट्सएप चैनल पर।